ਮੁਲਕ ਦੇ ਸਭ ਤੋਂ ਵੱਡੇ ਐਵਾਨ ਦੀ ਕੁਰਸੀ ਹੋ ਸੀ ਕਹਿੰਦੇ ਨਾ ਕੌਣ ਬਣ ਸੀ ਸਦਰ ਪਾਕਿਸਤਾਨ ਫੈਸਲਾ ਕੁਝ ਦੇਰ ਬਾਅਦ ਸਦਾਰਤੀ ਇੰਤਖਾਬ ਕੀਤੇ ਪੋਲਿੰਗ ਦਾਵਾ ਖਤਮ ਵੋਟਾਂ ਦੀ ਗਿਣਤੀ ਸ਼ੁਰੂ ਕਪਤਾਨ ਦੇ ਖਿਡਾਰੀ ਆਰ ਐਫ ਅਲਵੀ ਦੀ ਜਿੱਤ ਦਾ ਕਵੀ ਇਮਕਾਨ ਅਪੋਜੀਸ਼ਨ ਇਤਾਹ ਤੇ ਮੌਲਾਨਾ ਫਜ਼ਲ ਰਹਿਮਾਨ ਤੇ ਪੀਪਲਸ ਪਾਰਟੀ ਦੇ ਇਤਜ਼ਾਜ਼ ਅਹਿਸਨ ਵੀ ਮੈਦਾਨ ਵਿੱਚ ਸੀਪੈਕ ਤਵਾਨਾਈ ਮਨਸੂਬਿਆਂ ਦੇ ਨਿਜਕਾਰੀ ਦਾ ਮਾਮਲਾ ਵਜ਼ੀਰ ਆਜ਼ਮ ਇਮਰਾਨ ਖਾਨ ਕਾਬੀਨਾ ਦੀਆਂ ਤ੍ਰੈ ਕਮੇਟੀਆਂ ਤਸ਼ਕੀਲ ਲੈ ਦਿੱਤੀਆਂ ਖਾਰਜਾ ਕਾਨੂੰਨ ਔਰ ਇਨਸਾਫ਼ ਤੇ ਖਜ਼ਾਨਾ ਦੇ ਵਜ਼ਰਾ ਸ਼ਾਮਿਲ ਕੁਝ ਮਿੰਟਾਂ ਵਿੱਚ ਬੋਤਲਾਂ ਦੀ ਜਾਂਚ ਕਿਵੇਂ ਥਈ ਟੈਸਟ ਕੀਤੇ ਦੇਸੀ ਤਰੀਕਾ ਕਿਉਂ ਅਪਣਾਇਆ ਗਿਆ ਸਿਰਫ ਦੋ ਬੋਤਲਾਂ ਦਾ ਐਗਜ਼ਾਮੀਨੇਸ਼ਨ ਕੀਤਾ ਗਿਆ ਤ੍ਰੀਜੀ ਕਿੱਥਾਂ ਗਈ ਸ਼ਰਜੀਲ ਮਹਿਮਾਨ ਦੇ ਕਮਰੇ ਤੋਂ ਮਿਲਣ ਆ ਰਹੀਆਂ ਬੋਤਲਾਂ ਦੀ ਜਾਂਚ ਦੀ ਵੀਡੀਓ ਮੰਜ਼ਰ ਆਮ ਤੇ ਕਈ ਸਵਾਲਾਂ ਖੜੇ ਥੀ ਗਏ ਤਹਿਕੀਕਾਤੀ ਕਮੇਟੀ ਵੀ ਖੂਨ ਦੇ ਨਮੂਨੇ ਦੀ ਰਿਪੋਰਟ ਮਸ਼ਕੂਕ ਕਰਾਰ ਦੇ ਦਿੱਤੀ ਸੈਕਟਰੀ ਸਿਹਤ ਨੂੰ ਦੁਬਾਰਾ ਜਾਂਚ ਕਰਾਉਣ ਦਾ ਫੈਸਲਾ ਕ੍ਰਿਕਟ ਬੋਰਡ ਵਿੱਚ ਵੀ ਤਬਦੀਲੀ ਨਵੇਂ ਸਰਬਰਾਹ ਦਾ ਇੰਤਖਾਬ ਸਾਬਕ ICC ਸਦਰ ਅਹਿਸਾਨ ਮਾਨੀ ਬਿਲਾ ਮੁਕਾਬਲਾ ਚੇਅਰਮੈਨ PCB ਮੁੰਤਖਬ ਥੀ ਗਏ ਗਵਰਨਿੰਗ ਬਾਡੀ ਦੇ ਤਮਾਮ ਅਰਕਾਨ ਅਹਿਸਾਨ ਮਾਨੀ ਦੇ ਇਜ਼ਹਾਰ ਏਤਮਾਦ ਕਰ ਦਿੱਤਾ